ਤਾਂ ਬਲ ਆ ਗਿਆ ਤੁਹਾਡੇ ਤੇ ਇਸ ਗੱਲ? ਬਿਲਕੁਲ, ਮੈਂ ਤਾਂ ਮੰਨਦੀ ਹਾਂ ਜੀ ਇਸ ਗੱਲ ਦਾ ਵੀ ਇਹ ਸਾਡੇ ਤੇ ਇੱਕ ਬਹੁਤ ਵੱਡਾ ਧੱਬਾ ਹੈ। ਜਦੋਂ ਕਿਸੇ ਪੂਰੀ ਬਰਾਦਰੀ ਨੂੰ ਇਨਸਾਫ ਨਾ ਮਿਲਿਆ ਹੈ ਨਾ, ਉਹਦੇ ਨਾਲ ਹੋ ਰਹੇ ਜ਼ਾਕਤੀਆਂ ਧੱਕੇ, ਤਾਂ ਉਸ ਟਾਈਮ ਬੰਦਾ ਆਪਣਾ ਆਪ ਖੋ ਲੈਂਦਾ। ਪਹਿਲਾਂ ਲੋਕ ਮਹੰਤਾਂ ਨੂੰ ਬਾਬਾ ਕਹਿ ਕੇ ਸਤਿਕਾਰ ਕਰਦੇ ਸੀ, ਹੁਣ ਲੋਕ ਡਰਨ ਲੱਗ ਗਏ। ਜਿਹੜੇ ਇੱਕ ਸਾਡੇ ਗੈਟਅਪ 'ਚ ਕਹਿ ਲਓ ਨਾ ਵੀ ਕਹਿ ਲਓ ਵੀ ਸਾਡਾ ਰੂਪ ਲੈ ਕੇ ਕੁਛ ਗਲਤ ਲੋਕਾਂ ਨੇ ਮਤਲਬ ਕਿ ਹੈ ਨਾ ਕਹਿ ਲਓ ਵੀ ਹੈ ਨਾ ਇੱਕ ਪੈਸੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ, ਉਹ ਸਾਡੇ ਲਈ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਗਿਆ। ਜਿਹੜੇ ਲੋਕ ਨੇ ਉਹਨਾਂ ਦਾ ਰੱਬ ਪਰਮਾਤਮਾ ਹੈ, ਪਰ ਸਾਡਾ ਰੱਬ ਉਹ ਲੋਕ ਨੇ। ਤੁਹਾਡੀ ਜਿਹੜੀ ਰੋਜ਼ੀ ਰੋਟੀ 'ਤੇ ਕੋਈ ਤੁਹਾਨੂੰ ਆ ਕੇ ਤੁਹਾਨੂੰ ਪਰੇਸ਼ਾਨ ਕਰੇ, ਤੁਹਾਨੂੰ ਕੋਈ ਮਿਸਗਾਈਡ ਕਰ ਜਾਵੇ ਨਾ, ਹੁਣ ਉਹੀ ਘਰ 'ਚੋਂ ਆਪਾਂ ਨੇ 2-4 ਹਜ਼ਾਰ 5 ਹਜ਼ਾਰ ਰੁਪਈਆ ਲੈਣਾ ਹੈ ਨਾ, ਉਹ ਕੋਈ ਗਲਤ ਬੰਦਾ ਆ ਕੇ ਲੈ ਗਿਆ ਨਾ, ਆਪਣਾ ਹੱਕ ਖਾ ਗਿਆ, ਆਪਾਂ ਨੂੰ ਕਿੰਨਾ ਗੁੱਸਾ ਲੱਗੂ, ਦੁੱਖ ਲੱਗੂਗਾ ਨਾ। ਮਹੰਤ ਭਾਈਚਾਰਾ ਜਿਹੜਾ ਇੱਕ ਉਸਦਾ ਰਸੂਖ ਕੀ ਰਹਿ ਗਿਆ? ਤੁਸੀਂ ਮਸਲਾ ਸ਼ਬਦ ਕਿਹਾ ਨਾ, ਮੈਨੂੰ ਇੱਕ ਗੱਲ ਯਾਦ ਆ ਗਈ, ਕਹਿੰਦੇ ਇਹ ਸਾਰਾ ਮਸਲਾ ਰੋਟੀ ਦਾ, ਇਹ ਸਾਰੇ ਰੋਟੀ ਦੇ ਮਸਲੇ ਨੇ ਜੀ, ਹੈ ਨਾ। ਅਤੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਕਈ ਵਾਰ ਪ੍ਰਦਰਸ਼ਨ ਕਰਨਾ ਪੈਂਦਾ ਹੈ, ਕੱਪੜੇ ਉਤਾਰ ਦਿੰਦੇ ਨੇ, ਹੈ ਨਾ, ਐਵੇਂ ਦੀਆਂ ਕਈ ਘਟਨਾਵਾਂ ਹੋਈਆਂ ਨੇ, ਜਾਂ ਹੈ ਨਾ ਕੁਛ ਟਾਈਮ ਪਹਿਲਾਂ ਮਤਲਬ ਕਿ ਕਹਿ ਲਓ ਕਿ ਪਟਿਆਲੇ ਵਿੱਚ ਵੀ ਹੋਈ ਐਵੇਂ ਦੀ ਘਟਨਾ ਨਾ, ਤਾਂ ਕਹਿ ਲਓ ਵੀ ਕਿਤੇ ਨਾ ਕਿਤੇ ਜਦੋਂ ਕਿਸੇ ਬੰਦੇ ਨੂੰ ਕੋਈ ਇਨਸਾਫ ਨਾ ਮਿਲੇ ਨਾ, ਬਰਾਦਰੀ ਇੱਕ ਅਲੱਗ ਚੀਜ਼ ਆ, ਬਰਾਦਰੀ ਬੈਠ ਕੇ ਇੱਕ ਫੈਸਲਾ ਕਰਦੀ ਹੈ, ਜਦੋਂ ਕਿਸੇ ਪੂਰੀ ਬਰਾਦਰੀ ਨੂੰ ਇਨਸਾਫ ਨਾ ਮਿਲਿਆ ਹੈ ਨਾ, ਉਹਦੇ ਨਾਲ ਹੋ ਰਹੇ ਜ਼ਾਕਤੀਆਂ ਧੱਕੇ, ਤਾਂ ਉਸ ਟਾਈਮ ਬੰਦਾ ਆਪਣਾ ਆਪ ਖੋ ਲੈਂਦਾ ਹੈ। ਮੈਂ ਸਮਝਦੀ ਹਾਂ ਵੀ ਉਸ ਟਾਈਮ ਆਪਣਾ ਆਪ ਬੰਦਾ ਖੋ ਲੈਂਦਾ ਹੈ ਨਾ, ਤਾਂ ਉਸ ਟਾਈਮ ਸ਼ਾਇਦ ਐਵੇਂ ਦੀ ਕੋਈ ਘਟਨਾ ਵਾਪਰੀ ਹੋਵੇ ਨਾ। ਪਹਿਲਾਂ ਲੋਕ ਮਹੰਤਾਂ ਨੂੰ ਬਾਬਾ ਕਹਿ ਕੇ ਸਤਿਕਾਰ ਕਰਦੇ ਸੀ, ਹੁਣ ਲੋਕ ਡਰਨ ਲੱਗ ਗਏ? ਨਹੀਂ, ਪਤਾ ਕੀ ਆ, ਡਰਨਾ ਵੀ ਅੱਜ ਕੱਲ੍ਹ ਪਤਾ ਕੀ ਆ, ਉਹਨਾਂ ਦਾ ਕਿਤੇ ਨਾ ਕਿਤੇ ਜਾਇਜ਼ ਆ। ਜ਼ਾਇਜ਼ ਐਵੇਂ ਆ ਵੀ ਦੇਖੋ ਜਿਹੜੇ ਮਹੰਤ ਨੇ ਉਹ ਉਹਨਾਂ ਦਾ ਰੁਤਬਾ ਇੱਕ ਵੱਖਰਾ ਹੀ ਆ, ਹੈ ਨਾ। ਮੈਂ ਤਾਂ ਉਹਨਾਂ ਦੀ ਕਹਿ ਲਓ ਬਹੁਤ ਥੱਲੇ ਵਾਲੀ ਪੀੜ੍ਹੀ ਤੋਂ ਵੀ ਮਤਲਬ ਕਿ ਕਹਿ ਲਓ ਵੀ ਜਿਹੜੀ ਥੱਲੇ ਵਾਲੀ ਸਭ ਤੋਂ ਲਾਸਟ ਪੌੜੀ ਹੈ ਨਾ, ਉਹਦੇ ਤੋਂ ਵੀ ਮੇਰੀ ਥੱਲੇ ਜਗ੍ਹਾ ਹੈ। ਜਿਹੜੇ ਮੇਰੇ ਮਹੰਤ ਨੇ, ਮੇਰੇ ਗੁਰੂ ਜੀ ਨੇ, ਮੇਰੇ ਦਾਦ ਗੁਰੂ ਜੀ ਨੇ, ਉਹਨਾਂ ਦੇ ਰੁਤਬੇ ਬਹੁਤ ਉੱਚੇ ਨੇ। ਉਹਨਾਂ ਨੇ ਹੁਣ ਤੱਕ ਆਪਣੀ ਆਨ ਬਾਨ ਸ਼ਾਨ ਇੰਨਾ ਕੁ ਉੱਚਾ, ਇੰਨਾ ਕੁ ਨਾਮ, ਇੰਨਾ ਕੁ ਖੁਦਾ ਉਸ ਪ੍ਰਭੂ ਉਸ ਪਰਮਾਤਮਾ ਨੂੰ ਪਾਇਆ ਹੈ ਨਾ, ਕਿ ਉਹਨਾਂ ਦੇ ਉਹਨਾਂ ਦੇ ਉੱਤੇ ਚਿਹਰੇ 'ਤੇ ਨੂਰ, ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਬਾਤਾਂ, ਕਿਆ ਹੀ ਕਹਿਣੇ ਨੇ ਜੀ ਉਹਨਾਂ ਦੇ, ਹੈ ਨਾ। ਅਤੇ ਤੁਸੀਂ ਕਹਿ ਰਹੇ ਹੋ ਕਿ ਡਰਨ ਲੱਗ ਗਏ ਅੱਜ ਦੇ ਲੋਕ, ਜਿਹੜੇ ਇੱਕ ਸਾਡੇ ਗੈਟਅਪ 'ਚ ਕਹਿ ਲਓ ਨਾ ਵੀ ਕਹਿ ਲਓ ਵੀ ਸਾਡਾ ਰੂਪ ਲੈ ਕੇ ਕੁਛ ਗਲਤ ਲੋਕਾਂ ਨੇ ਮਤਲਬ ਕਿ ਹੈ ਨਾ ਕਹਿ ਲਓ ਵੀ ਹੈ ਨਾ ਇੱਕ ਪੈਸੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ, ਉਹ ਸਾਡੇ ਲਈ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਰਿਹਾ। ਤਾਂ ਬਲ ਆ ਗਿਆ ਤੁਹਾਡੇ ਤੇ ਇਸ ਗੱਲ? ਬਿਲਕੁਲ, ਮੈਂ ਤਾਂ ਮੰਨਦੀ ਹਾਂ ਜੀ ਇਸ ਗੱਲ ਦਾ ਵੀ ਇਹ ਸਾਡੇ 'ਤੇ ਇੱਕ ਬਹੁਤ ਵੱਡਾ ਧੱਬਾ ਹੈ। ਕਿਤੇ ਨਾ ਕਿਤੇ ਸਾਡਾ ਭਾਈਚਾਰਾ ਵੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੈ ਨਾ, ਪਰ ਕਰਿਆ ਵੀ ਕੀ ਜਾਵੇ ਦੇਖੋ ਨਾ, ਕਿਉਂਕਿ ਕਿਤੇ ਨਾ ਕਿਤੇ ਕੋਰਟ ਜਿਹੜੇ ਨੇ ਸੁਪਰੀਮ ਕੋਰਟ ਹੈ ਉਹਨੇ ਕਿਤੇ ਨਾ ਕਿਤੇ ਇਹ ਗੱਲ ਦੀਆਂ ਪਰਮਿਸ਼ਨਸ ਦਿੱਤੀਆਂ ਹੋਈਆਂ ਨੇ ਵੀ ਇੱਕ ਨੋਰਮਲ ਮੁੰਡਾ ਜਦੋਂ ਕੁੜੀਆਂ ਵਾਲੇ ਗੈਟਅਪ 'ਚ ਰਹਿਣ ਨੂੰ ਦਿਲ ਕਰਦਾ ਤਾਂ ਰਹਿ ਸਕਦਾ ਹੈ, ਇੱਕ ਨੋਰਮਲ ਕੁੜੀ ਮੁੰਡਿਆਂ ਵਾਲੇ ਗੈਟਅਪ 'ਚ ਰਹਿਣ ਨੂੰ ਰਹਿ ਸਕਦੀ ਹੈ ਨਾ, ਇਹਦੇ ਲਈ ਆਪਾਂ ਕੁਛ ਨਹੀਂ ਕਰ ਸਕਦੇ। ਫਿਰ ਉੱਥੇ ਕਿਤੇ ਨਾ ਕਿਤੇ ਸਾਡੀ ਕੈਟਾਗਰੀ ਵੀ ਹੱਥ ਪਿੱਛੇ ਕਰ ਲੈਂਦੀ ਹੈ ਵੀ ਆਪਾਂ ਇਹਨਾਂ ਨਾਲ ਕਿਵੇਂ ਪੰਗਾ ਲੈ ਲਈਏ, ਪਰ ਕਿਤੇ ਨਾ ਕਿਤੇ ਉਹ ਲੋਕ ਜਾ ਕੇ ਪਰਦੇ ਦੇ ਪਿੱਛੇ ਜਾ ਕੇ ਕੁਛ ਐਸਾ ਗਲਤ ਕਰ ਦਿੰਦੇ ਨੇ ਕਿ ਸਾਡੀ ਸਾਰੀ ਕਮਿਊਨਿਟੀ ਸ਼ਰਮਸਾਰ ਹੋ ਜਾਂਦੀ ਆ। ਬਹੁਤ ਸਾਰੇ ਕੇਸ ਆਉਂਦੇ ਨੇ ਜਿਹਦੇ 'ਚ ਕੁੱਟਮਾਰ ਕਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਵੀ ਇਹ ਸਾਡੇ ਇਲਾਕੇ 'ਚ ਆ ਕੇ ਵਧਾਈ ਮੰਗਣ ਲੱਗ ਗਿਆ, ਪਰ ਇਹ ਹੈ ਮੁੰਡਾ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਐਵੇਂ ਦੀ ਹੈ ਨਾ, ਕਿਉਂਕਿ ਫਿਰ ਦੇਖੋ ਪਤਾ ਕੀ ਆ, ਦੇਖੋ ਸਾਡੀ ਕੋਈ ਪਰਸਨਲ ਖੇਤੀਬਾੜੀ ਨਹੀਂ ਹੈਗੀ ਜੀ, ਇਹ ਗੱਲ ਤੁਸੀਂ ਮੰਨਦੇ ਹੋ, ਨਾ ਹੀ ਸਾਡਾ ਕੋਈ ਬਿਜ਼ਨਸ ਆ, ਨਾ ਮੇਰੇ ਗੁਰੂਆਂ ਦਾ, ਨਾ ਮੇਰਾ, ਨਾ ਮੇਰੀ ਅੱਗੇ ਆਉਣ ਵਾਲੀ ਜਨਰੇਸ਼ਨ ਬਣਾਊਗੀ, ਸਾਡਾ ਕੋਈ ਪਰਸਨਲ ਬਿਜ਼ਨਸ ਨਹੀਂ ਹੈਗਾ, ਨਾ ਮੇਰਾ ਕੋਈ ਮੈਂ ਕਹਿ ਲੂੰ ਵੀ ਕਹਿੰਦਾ ਮੇਰਾ ਪੈਟਰੋਲ ਪੰਪ ਆ, ਨਾ ਮੇਰੇ ਕੋਲ ਜ਼ਮੀਨ ਆ, ਨਾ ਮੇਰੇ ਕੋਲ ਕੋਈ ਕੋਠੀ ਆ, ਕਾਰ, ਬੰਗਲੇ, ਕਾਰਾਂ, ਜੋ ਕੁਛ ਮੇਰੇ ਕੋਲ ਹੈ ਨਾ ਉਹ ਸਿਰਫ ਇੱਕ ਲੋਕਾਂ ਦੀ ਦਿੱਤੀਆਂ ਹੋਈਆਂ ਦਾਤਾਂ ਨੇ, ਉਸ ਪਰਮਾਤਮਾ ਦੀਆਂ ਸੌਗਾਤਾਂ ਨੇ।
ਵੀ ਜਿੰਨਾ ਕੁਛ ਮੈਂ ਇਸਤੇਮਾਲ ਕਰਦੀ ਹਾਂ, ਚਾਹੇ ਉਹ ਮੇਰਾ ਘਰ ਆ, ਮੇਰੀ ਗੱਡੀ ਆ, ਮੇਰਾ ਫੋਨ ਆ, ਜਾਂ ਜਿੰਨਾ ਵੀ ਅਸੀਂ ਗਹਿਣਾ ਗੱਟਾ ਪਾਉਂਦੇ ਹਾਂ, ਉਹ ਸਭ ਇੱਕ ਲੋਕਾਂ ਵੱਲੋਂ ਦਿੱਤੀਆਂ ਹੋਈਆਂ ਸਾਨੂੰ ਦਾਤਾਂ ਨੇ, ਹੈ ਨਾ, ਕਿ ਪਰਮਾਤਮਾ ਕਹਿੰਦੇ ਜਿਹੜੇ ਲੋਕ ਨੇ ਉਹਨਾਂ ਦਾ ਰੱਬ ਪਰਮਾਤਮਾ ਹੈ, ਪਰ ਸਾਡਾ ਰੱਬ ਉਹ ਲੋਕ ਨੇ, ਹੈ ਨਾ। ਅਤੇ ਦੂਜੀ ਗੱਲ ਹੈ ਨਾ ਵੀ ਕਿਤੇ ਨਾ ਕਿਤੇ ਜਦੋਂ ਕਹਿ ਲਓ ਵੀ ਨਾ ਵੀ ਅਸੀਂ ਕਹਿੰਦੇ ਵੀ ਕੁੱਟਮਾਰ ਹੋ ਗਈ, ਇੱਥੋਂ ਪਾਈ ਹੋ ਗਈ, ਤਾਂ ਉਸ ਟਾਈਮ ਤੁਹਾਡੀ ਜਿਹੜੀ ਰੋਜ਼ੀ ਰੋਟੀ 'ਤੇ ਕੋਈ ਤੁਹਾਨੂੰ ਆ ਕੇ ਤੁਹਾਨੂੰ ਪਰੇਸ਼ਾਨ ਕਰੇ, ਤੁਹਾਨੂੰ ਕੋਈ ਮਿਸਗਾਈਡ ਕਰ ਜਾਵੇ, ਹੈ ਨਾ। ਹੁਣ ਉਹੀ ਘਰ 'ਚੋਂ ਆਪਾਂ ਨੇ 2-4 ਹਜ਼ਾਰ 5 ਹਜ਼ਾਰ ਰੁਪਈਆ ਲੈਣਾ ਹੈ ਨਾ, ਉਹ ਕੋਈ ਗਲਤ ਬੰਦਾ ਆ ਕੇ ਲੈ ਗਿਆ, ਹੈ ਨਾ, ਆਪਣਾ ਹੱਕ ਖਾ ਗਿਆ, ਆਪਾਂ ਨੂੰ ਕਿੰਨਾ ਗੁੱਸਾ ਲੱਗੂ, ਦੁੱਖ ਲੱਗੂਗਾ ਨਾ ਆਪਾਂ ਨੂੰ। ਬਸ ਇਹ ਚੱਕਰ ਆ ਜੀ।